Why Media Group? The fastest growing media group in North America. ਵਾਈ ਮੀਡੀਆ ਗਰੁੱਪ ਵੱਲੋਂ ਇੰਪੋਰਟੈਂਟ ਨਿਊਜ਼ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਹਨਾਂ ਦੇ ਨਾਲ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਿਨਲੈਂਡ ਔਰ ਸਾਡੇ ਫਾਈਨੈਂਸ ਮਿਨਿਸਟਰ ਕ੍ਰਿਸਟੀਆ ਫਿਨਲੈਂਡ ਅੱਜ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਹੈਗੇ ਨੇ ਔਰ ਕਾਫੀ ਹੋਰ ਲੀਡਰਸ ਵੀ ਉਹਨਾਂ ਦੇ ਨਾਲ ਨੇ। ਮੇਜਰ ਅਨਾਊਂਸਮੈਂਟ ਜੋ ਅੱਜ ਟਰੂਡੋ ਸਰਕਾਰ ਦੁਆਰਾ ਕੀਤੀ ਗਈ ਹੈ, ਉਹਨਾਂ ਦਾ ਕਹਿਣਾ ਹੈਗਾ ਕਿ $250 ਦੇ ਚੈੱਕ ਜਿਹੜੇ ਨੇ ਉਹ ਜ਼ਿਆਦਾਤਰ ਕੈਨੇਡੀਅਨਸ ਨੂੰ ਪਹੁੰਚਣਗੇ। ਸੋ ਇਹ ਕਹਿ ਲਓ ਕਿ ਉਹਨਾਂ ਨੇ ਕ੍ਰਿਸਮਸ ਪਹਿਲਾਂ ਹੀ ਲਿਆ ਦਿੱਤੀ ਹੈ, ਕ੍ਰਿਸਮਸ ਦਾ ਇੱਕ ਤਰ੍ਹਾਂ ਦਾ ਤੋਹਫਾ ਦੇ ਦਿੱਤਾ ਹੈ। $250 ਦੇ ਜਿਹੜੇ ਇਹ ਚੈੱਕਸ ਨੇ ਉਹ ਦੇਣ ਦੀ ਗੱਲ ਕਰ ਰਹੇ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈਗਾ ਕਿ ਅਫੋਰਡੇਬਿਲਿਟੀ ਦੇ ਚੈਲੰਜ ਹੈਗਾ, ਖਾਸ ਕਰ ਕੋਵਿਡ ਏਰਾ ਤੋਂ ਬਾਅਦ ਕੁਝ ਦਿੱਕਤਾਂ ਆਈਆਂ ਨੇ। ਸੋ ਇਹਦੇ ਵਿੱਚ ਉਹਨਾਂ ਨੇ ਦੱਸਿਆ ਹੈਗਾ ਕਿ ਇੱਕ ਤੇ GST ਜਿਹੜੀ ਹੈਗੀ ਆ ਉਹ 2 ਮਹੀਨਿਆਂ ਵਾਸਤੇ ਕੁਝ ਐਲੀਜੀਬਲ ਗੁੱਡਸ ਦੇ ਉੱਤੇ ਔਰ ਸਰਵਿਸ ਦੇ ਉੱਤੇ ਉਹ ਵੀ ਜਿਹੜੀ ਆ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈਗਾ ਕਿ ਉਹਦੇ ਵਿੱਚ ਵੀ ਕਟੌਤੀ ਜਿਹੜੀ ਹੈ ਕੀਤੀ ਜਾ ਰਹੀ ਹੈ। ਅੱਛਾ, ਹੁਣ ਇਹ $250 ਦਾ ਜਿਹੜਾ ਚੈੱਕ ਆ ਉਹ ਕਿਹਨੂੰ ਮਿਲੇਗਾ? ਜੇ ਤੁਸੀਂ 2023 ਦੇ ਵਿੱਚ ਕੰਮ ਕਰਦੇ ਸੀਗੇ, ਪਹਿਲੀ ਚੀਜ਼, ਪਹਿਲੀ ਸ਼ਰਤ ਇਹ ਵੀ ਤੁਸੀਂ ਕੰਮ ਕਰਦੇ ਹੋਣੇ ਚਾਹੀਦੇ ਹੋ 2023, ਜਿਨ੍ਹਾਂ ਲੋਕਾਂ ਨੇ ਕੰਮ ਕੀਤਾ 2023 ਦੇ ਵਿੱਚ, ਔਰ ਜੇ ਤੁਹਾਡੀ ਜਿਹੜੀ ਅਰਨਿੰਗ ਹੈ ਉਹ $1.5 ਲੱਖ ਤੋਂ ਘੱਟ ਹੈ 2023 ਦੇ ਵਿੱਚ, ਤੇ ਤੁਹਾਨੂੰ $250 ਦਾ ਜਿਹੜਾ ਚੈੱਕ ਹੈ ਇਹ ਮਿਲੇਗਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਇਹਦੇ ਨਾਲ 18.7 ਮਿਲੀਅਨ ਲੋਕਾਂ ਨੂੰ ਫਾਇਦਾ ਹੋਏਗਾ। ਕੈਨੇਡਾ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਤਕਰੀਬਨ 41 ਮਿਲੀਅਨ ਦੀ ਪਾਪੂਲੇਸ਼ਨ ਹੈ, ਸੋ ਆਊਟ ਆਫ 41 ਮਿਲੀਅਨ 18.7 ਮਿਲੀਅਨ ਨੂੰ ਤੋਂ ਅੱਧੇ ਤੋਂ ਜ਼ਿਆਦਾ ਅੱਧੇ ਦੇ ਆਸ ਪਾਸ ਲੋਕਾਂ ਨੂੰ ਜਿਹੜਾ ਇਹ ਫਾਇਦਾ ਉਹ ਮਿਲੇਗਾ। ਹੁਣ ਅਸੀਂ ਇੱਥੇ ਦੱਸ ਦਈਏ ਕਿ ਇਹਨੂੰ ਪ੍ਰਧਾਨ ਮੰਤਰੀ ਨੇ ਨਾਮ ਦਿੱਤਾ ਹੈਗਾ ਵਰਕਿੰਗ ਕੈਨੇਡੀਅਨ ਰਿਬੇਟ, ਕਿ ਜੇ ਤੁਸੀਂ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਜੀ ਅਸੀਂ ਰਿਬੇਟ ਦੇ ਰਹੇ ਹਾਂ। ਅੱਛਾ, ਪੈਸੇ ਮਿਲਣਗੇ ਕਦੋਂ? ਇਹਦੇ ਬਾਰੇ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੇ ਦੱਸਿਆ ਕਿ ਅਰਲੀ ਸਪਰਿੰਗ 2025, ਸੋ ਅਨਾਊਂਸਮੈਂਟ ਅੱਜ ਹੋ ਗਈ ਹੈ ਔਰ ਅਰਲੀ ਸਪਰਿੰਗ 2025 ਦੇ ਵਿੱਚ ਜਿਹੜੀ ਹੈ ਉਹ ਮਿਲੇਗੀ। ਹੁਣ ਜਿਹੜੀ GST HST ਦੀ ਜਿਹੜੀ ਗੱਲ ਕਰ ਰਹੇ ਆ ਕਿ ਇਹਦਾ ਫਾਇਦਾ ਕਦੋਂ ਮਿਲੇਗਾ, ਇਹ 14 ਦਸੰਬਰ ਤੋਂ ਸ਼ੁਰੂ ਹੋ ਜਾਏਗਾ ਜੀ। ਇਹ ਜਿਹੜਾ ਫਾਇਦਾ ਤੁਹਾਨੂੰ ਮਿਲਣਾ ਹੈ 14 ਦਸੰਬਰ ਤੋਂ ਲੈ ਕੇ 15 ਫਰਵਰੀ 2025 ਤੱਕ ਇਹ ਫਾਇਦਾ ਜਿਹੜਾ ਉਹ ਦਿੱਤਾ ਜਾ ਰਿਹਾ ਹੈ। ਸੋ ਕੋਈ ਟੈਕਸ ਨਹੀਂ ਲੱਗੇਗਾ। ਟੈਕਸ ਫਰੀ ਆਈਟਮਾਂ ਕਿਹੜੀਆਂ ਕਿਹੜੀਆਂ ਹੋਣਗੀਆਂ? ਫਰਜ਼ ਕਰ ਲਓ ਕਿ ਕੋਈ ਪ੍ਰੀਪੇਡ ਫੂਡ ਨੇ, ਜਿਹੜਾ ਖਾਣਾ ਮਿਲਦਾ ਤੁਹਾਨੂੰ ਰੈਸਟੋਰੈਂਟ, ਪ੍ਰੀਪੇਡ ਹੋਣਾ ਚਾਹੀਦਾ, ਚਾਹੇ ਫਿਰ ਵੈਜੀਟੇਬਲਸ ਨੇ ਜਾਂ ਮੀਲ ਕਿ ਸੈਲਡ ਵੀ ਹੈਗਾ, ਸੈਂਡਵਿਚ ਵੀ ਹੈਗਾ, ਉਹ ਜਿਹੜਾ ਰੈਸਟੋਰੈਂਟ ਤੇ ਖਾਣਾ ਮਿਲਦਾ ਤੁਹਾਨੂੰ ਜਾਂ ਪ੍ਰੀਪੇਡ, ਈਵਨ ਗਰੋਸਰੀ ਸਟੋਰ ਤੇ ਜਿਹੜਾ ਖਾਣਾ ਕੁਕਡ ਹੈ, ਰੈਸਟੋਰੈਂਟ ਦੇ ਵਿੱਚ ਜਿਹੜੀਆਂ ਮੀਲਸ ਨੇ ਉਹ ਤੁਹਾਨੂੰ, ਚਾਹੇ ਤੁਸੀਂ ਡਾਈਨ ਇਨ ਕਰੋ ਤੇ ਚਾਹੇ ਤੁਸੀਂ ਟੇਕ ਆਊਟ ਲੈ ਜਾਓ ਜਾਂ ਘਰ ਦੇ ਵਿੱਚ ਡਿਲੀਵਰੀ ਕਰਵਾ ਰਹੇ ਹੋ, ਤੁਹਾਨੂੰ ਟੈਕਸ ਜਿਹੜਾ ਹੈ GST HST ਦੇ ਵਿੱਚ ਛੂਟ ਦਿੱਤੀ ਜਾ ਰਹੀ ਹੈ। ਅੱਛਾ, ਸਨੈਕਸ ਤੁਸੀਂ ਕੋਈ ਲੈ ਰਹੇ ਹੋ ਜਿੱਦਾਂ ਚਿਪਸ, ਕੈਂਡੀ, ਗ੍ਰੇਨੋਲਾ ਬਾਰ, ਫਿਰ ਬੀਅਰ, ਵਾਈਨ, ਐਲਕੋਹਲਿਕ ਬੇਵਰੇਜਸ ਜਿਹੜੀਆਂ ਜਿਹਦਾ ਵਿੱਚ ਕਿ 7% ਤੋਂ ਘੱਟ ਐਲਕੋਹਲ ਹੈ, ਉਹ ਵੀ ਤੁਹਾਨੂੰ ਟੈਕਸ ਫਰੀ ਮਿਲ ਰਹੀ ਹੈ। ਬੱਚਿਆਂ ਦੇ ਕੱਪੜੇ, ਫੁੱਟਵੇਅਰ, ਕਾਰ ਸੀਟ, ਡਾਈਪਰ, ਬੱਚਿਆਂ ਦੇ ਖਿਲੌਣੇ, ਫਿਰ ਬੋਰਡ ਗੇਮਸ, ਫਿਰ ਅਸੀਂ ਜਿਹੜੇ ਟੋਇਜ਼ ਵਗੈਰਾ ਲੈਂਦੇ ਹਾਂ ਜਿਸ ਤਰ੍ਹਾਂ ਗੁੱਡੀਆਂ ਵਗੈਰਾ, ਵੀਡੀਓ ਗੇਮ ਕੰਸੋਲ, ਵੀਡੀਓ ਗੇਮਸ ਬੜੇ ਲੈਂਦੇ ਬੱਚੇ ਇਸ ਸੀਜ਼ਨ ਚ ਲੈਣੇ ਆ ਉਹਨਾਂ ਨੇ ਕ੍ਰਿਸਮਸ ਦੇ ਟਾਈਮ ਦੇ ਉੱਤੇ, ਫਿਰ ਬੁੱਕ ਹੈਗਾ, ਫਿਰ ਜਿਹੜੇ ਨਿਊਜ਼ ਪੇਪਰ ਆ, ਖਾਸ ਜਿਹੜੇ ਪ੍ਰਿੰਟ ਨਿਊਜ਼ ਪੇਪਰ ਆ, ਡਿਜੀਟਲ ਨਹੀਂ ਜੀ, ਜਿੱਦਾਂ ਮਿਡਵੀਕ ਅਖਬਾਰ ਜੇ ਤੁਸੀਂ ਲੈਂਦੇ ਹੋ ਜਾਂ ਕੋਈ ਵੀ ਅਖਬਾਰ ਤੁਸੀਂ ਬਾਏ ਕਰਦੇ ਹੋ ਉਹਦੇ ਵਿੱਚ ਵੀ ਤੁਹਾਨੂੰ ਟੈਕਸ ਫ੍ਰੀ ਮਿਲ ਰਿਹਾ। ਫਿਰ ਪਜ਼ਲ ਜਿਹੜੀਆਂ ਸਾਰੀਆਂ ਏਜਿਸ ਵਾਸਤੇ ਜਾਂ ਕ੍ਰਿਸਮਸ ਟ੍ਰੀਸ ਤੁਸੀਂ ਬਾਏ ਕਰਦੇ ਹੋ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਜੀ, ਇਹ ਕੈਨੇਡਾ ਦੇ ਵਿੱਚ ਤੁਹਾਨੂੰ ਟੈਕਸ ਦੀ ਰਿਬੇਟ ਮਿਲ ਰਹੀ ਹੈ। ਸਰਕਾਰ ਦਾ ਅੰਦਾਜ਼ਾ ਹੈਗਾ ਕਿ ਹਰ ਪਰਿਵਾਰ ਤਕਰੀਬਨ $2,000 ਇਹਨਾਂ ਚੀਜ਼ਾਂ ਦੇ ਉੱਤੇ ਖਰਚ ਜਿਹੜਾ ਕਰਦਾ 2 ਮਹੀਨੇ ਦੇ ਵਿੱਚ। ਸੋ ਸਰਕਾਰ ਦਾ ਕਹਿਣਾ ਕਿ $100 ਤੁਸੀਂ ਟੈਕਸ ਦੇ ਵਿੱਚ ਬਚਾ ਲਓਗੇ, ਸੋ $250 ਦਾ ਚੈੱਕ ਦੇ ਰਿਹਾ ਤੁਹਾਨੂੰ ਔਰ ਖਰੀਦਦਾਰੀ ਦੇ ਉੱਤੇ $100 ਸਰਕਾਰ ਨੂੰ ਮਿਲਿਆ ਕਿ ਇਹ ਤੁਹਾਨੂੰ ਬਚ ਜਾਏਗਾ। Canadians are still struggling to get by.
these pressure, these elements have taken off pressures, but there is more to do. As the holidays approach, families, especially parents, are particularly worried. Canadians have been through a lot. They work hard. We see that. We've been able to get through the past couple of years. Everyone had to tighten their belts a little bit. And now we're going to be able to give a tax break for all Canadians. For 2 months, starting December 14th, we're going to remove the GST, HST from groceries, 100% of groceries, all groceries. We're going to remove the GST from restaurant meals, takeouts, fast food. Removing the GST from beer and wine. Removing the GST for essentials like kids' clothing, footwear, diapers, and toys. All tax-free. Removing the GST and HST. For 2 months, Canadians are going to get a real break on everything they do. We also know that there's more we need to do, particularly for working Canadians. So if you worked in 2023 and earned up to $150,000, we're going to be sending you a check for $250 in just a few months. Our government can't set prices at checkout, but we can put more money in people's pockets. The working Canadians rebate of $250, which will be sent to people in April, is going to give people that relief they need. And the tax break over the next 2 months is going to help on the costs of everything as we approach the holidays, as we get into the new year. These are things that recognize that people are squeezed, and we're there to help. Why Media Group? The fastest growing media group in North America.